ਪੰਜਾਬੀ ਖਬਰਾਂ ਵੇਖ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਲੈ ਕੇ ਆਇਆ ਜੀ ਤੁਹਾਡੇ ਲਈ ਅੱਜ ਦੀ ਇੱਕ ਵੱਡੀ ਖਬਰ। ਪੂਰੀ ਖਬਰ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਦੇ ਬਟਨ ਤੇ ਕਲਿੱਕ ਕਰਕੇ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤਾਂ ਜੋ ਤੁਹਾਨੂੰ ਇਸ ਚੈਨਲ ਤੇ ਦੇਸ਼ ਵਿਦੇਸ਼ ਦੀਆਂ ਪੰਜਾਬੀ ਖਬਰਾਂ ਦੀ ਅਪਡੇਟ ਹਰ ਰੋਜ਼ ਮਿਲਦੀ ਰਹੇ। ਸੋ ਤੁਹਾਨੂੰ ਦੱਸ ਦਈਏ ਕਿ ਮੁੱਖ ਮੰਤਰੀ ਭਗਵੰਤ ਮਾਨ ਜੀ ਵੱਲੋਂ ਇੱਕ ਵੱਡਾ ਐਲਾਨ ਜਿਹੜਾ ਆ ਕਰ ਦਿੱਤਾ ਗਿਆ ਆ। ਤੁਹਾਨੂੰ ਦੱਸ ਦਈਏ ਕਿ ਦੀਵਾਲੀ ਮੌਕੇ 12 ਨਵੰਬਰ 2023 ਤੋਂ 50 ਸਾਲਾਂ ਤੋਂ ਉੱਪਰ ਦੇ ਮਰਦਾਂ ਦਾ ਪੰਜਾਬ ਸਰਕਾਰ ਨੇ ਕੀਤਾ ਸਰਕਾਰੀ ਬੱਸਾਂ 'ਚ ਕਿਰਾਇਆ ਮਾਫ਼ ਕਰਨ ਦਾ ਐਲਾਨ। ਇਹ ਮੌਕਾ ਜੋ ਐਲਾਨ ਕੀਤਾ ਗਿਆ ਇਹ ਫਰੀਦਕੋਟ ਭਗਵੰਤ ਮਾਨ ਜੀ ਵੱਲੋਂ ਕੀਤਾ ਗਿਆ ਹੈਗਾ। ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਵਿੱਚ ਜੋ ਪਹਿਲਾਂ ਮਹਿਲਾਵਾਂ ਦਾ ਕਿਰਾਇਆ ਬੱਸ ਕਿਰਾਇਆ ਮੁਫ਼ਤ ਸੀ, ਪਰ ਹੁਣ ਸਰਕਾਰ ਨੇ ਇੱਕ ਹੋਰ ਵੱਡਾ ਫੈਸਲਾ ਲਿਆ ਜਿਹਦੇ ਵਿੱਚ ਸਰਕਾਰ ਨੇ 50 ਸਾਲਾਂ ਤੋਂ ਉੱਪਰ ਦੇ ਮਰਦ ਨੇ ਜਿਹੜੇ ਕਿ ਹੁਣ ਪੰਜਾਬ ਸਰਕਾਰ ਦੀਆਂ ਬੱਸਾਂ ਵਿੱਚ ਮੁਫ਼ਤ ਸਫ਼ਰ ਜਿਹੜਾ ਆ ਕਰ ਸਕਣਗੇ। ਪਰ ਤੁਹਾਨੂੰ ਦੱਸ ਦਈਏ ਕਿ ਸਿਰਫ ਇਹ ਜੋ ਕਿਰਾਇਆ ਹੈਗਾ ਸਿਰਫ ਪੰਜਾਬ ਸਟੇਟ ਦੇ ਵਿੱਚ ਹੀ ਉਹ ਫ੍ਰੀ ਹੋਵੇਗਾ ਅਤੇ ਸਿਰਫ ਪੰਜਾਬ ਗੌਰਮੈਂਟ ਦੀਆਂ ਬੱਸਾਂ ਵਿੱਚ ਹੀ ਫ੍ਰੀ ਹੋਵੇਗਾ। ਇਸ ਸਹੂਲਤ ਦਾ ਲਾਭ ਲੈਣ ਵਾਸਤੇ ਮਰਦਾਂ ਦੀ ਉਮਰ ਜਿਹੜੀ ਆ 50 ਸਾਲ ਤੋਂ ਉੱਪਰ ਹੋਣੀ ਚਾਹੀਦੀ ਆ ਅਤੇ ਉਹਨਾਂ ਦੇ ਆਧਾਰ ਕਾਰਡ 'ਤੇ ਉਹਨਾਂ ਦੀ ਜਨਮ ਤਰੀਕ ਜਿਹੜੀ ਆ ਬਿਲਕੁਲ ਸਹੀ ਹੋਣੀ ਚਾਹੀਦੀ ਆ। ਅਤੇ ਨਾਲ ਦੀ ਨਾਲ ਤੁਹਾਨੂੰ ਦੱਸ ਦਈਏ ਕਿ ਉਹਨਾਂ ਦਾ ਆਧਾਰ ਕਾਰਡ ਜਿਹੜਾ ਮੋਬਾਈਲ ਨੰਬਰ ਦੇ ਨਾਲ ਲਿੰਕ ਵੀ ਹੋਣਾ ਜ਼ਰੂਰੀ ਆ। ਜੇਕਰ ਮਰਦਾਂ ਨੇ ਅਜੇ ਤੱਕ ਵੀ ਆਪਣਾ ਆਧਾਰ ਕਾਰਡ ਮੋਬਾਈਲ ਨੰਬਰ ਨਾਲ ਲਿੰਕ ਨਹੀਂ ਕਰਾਇਆ ਤਾਂ ਇਸ ਸਹੂਲਤ ਦਾ ਲਾਭ ਲੈਣ ਵਾਸਤੇ ਉਹਨਾਂ ਨੂੰ ਆਪਣੇ ਨੇੜੇ ਦੇ ਸੇਵਾ ਕੇਂਦਰ ਵਿੱਚ ਜਾ ਕੇ ਆਪਣਾ ਆਧਾਰ ਕਾਰਡ ਆਪਣੀ ਉਮਰ ਦੀ ਫੋਟੋ ਜਿਹੜੀ ਆ ਅਪਡੇਟ ਕਰਵਾਉਣੀ ਹੋਵੇਗੀ। ਫਿਰ ਹੀ ਇਹ ਮਰਦ ਜਿਹੜੇ ਨੇ 12 ਨਵੰਬਰ 2023 ਤੋਂ 50 ਸਾਲ ਤੋਂ ਉੱਪਰ ਦਾ ਫ੍ਰੀ ਕਿਰਾਇਆ ਬੱਸ ਦਾ ਮਾਫ਼ ਜਿਹੜਾ ਸਰਕਾਰ ਨੇ ਕੀਤਾ ਉਹਦਾ ਲਾਭ ਲੈ ਸਕਣਗੇ। ਸੋ ਇਹ ਸੀ ਸਾਡੀ ਅੱਜ ਦੀ ਵੱਡੀ ਪੰਜਾਬੀ ਖਬਰ। ਹੋਰ ਪੰਜਾਬੀ ਖਬਰਾਂ ਦੀ ਜਾਣਕਾਰੀ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ। ਧੰਨਵਾਦ।